ਪ੍ਰਭਤਾ ਦੀ ਬੁੱਖ ਨੇ ਇਤਨਾ ਖੂਨ ਖਰਾਬਾ ਕਰਾਇਆ, ਲਿਖਿਆ ਜਾ ਸਕਦਾ ਹੈ, ਬੋਲਿਆ ਜਾ ਸਕਦਾ ਹੈ, ਲੋਕੀ ਸ਼ੌਕ ਨਾਲ ਪੜ੍ਹਦੇ ਨੇ। ਕਾਮ ਦੀ ਸੀਮਾ ਵਧੀ ਹੋਈ ਕਿਸੇ ਜੀਵਨ ਨੂੰ ਭ੍ਰਸ਼ਟ ਕਰ ਦਿੰਦੀ ਹੈ, ਇਸਤਰੀ ਨੂੰ ਗਨਕਾ ਬਣਾ ਦਿੰਦੀ ਹੈ, ਪੁਰਸ਼ ਨੂੰ ਬਲਾਤਕਾਰੀ ਬਣਾ ਦਿੰਦੀ ਹੈ। ਅਗਰ ਇਸ ਦੇ ਉੱਤੇ ਖੁੱਲ੍ਹ ਕੇ ਲਿਖਿਆ ਗਿਆ ਕਿਸ ਤਰ੍ਹਾਂ ਬਣਾਉਂਦੀ ਹੈ, ਤਾਂ ਫਿਰ ਕਹਿ ਦਿੱਤਾ ਗਿਆ ਇਹ ਸਾਹਿਤ ਅਸ਼ਲੀਲ ਹੈ, ਅਸ਼ਲੀਲ। ਇਸ ਦੇ ਉੱਤੇ ਕਲਮ ਸਿੱਖ ਜਗਤ ਵਿੱਚ ਬਥੇਰਿਆਂ ਨੇ ਚੁੱਕੀਆਂ ਨੇ, ਬਥੇਰਿਆਂ ਨੇ। ਮੈਂ ਇਕੱਲਾ ਹੀ ਹਾਂ ਜੋ ਉਸ ਕਲਮ ਦੇ ਖਿਲਾਫ ਬੋਲਿਆ, ਥੋੜ੍ਹਾ ਲਿਖਿਆ, ਔਰ ਮੈਂ ਇਕੱਲਾ ਹੀ ਜੋ ਇਹਨਾਂ ਨੇ ਆਪਣੀਆਂ ਲਿਖਤਾਂ ਦੇ ਰਾਹੀਂ ਮੈਨੂੰ ਭੰਡਿਆ, ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਏ, ਲੇਕਿਨ ਦਲੀਲ ਦਾ ਕੋਈ ਜਵਾਬ ਨਹੀਂ ਹੈ, ਦਲੀਲ ਦਾ ਕੋਈ ਜਵਾਬ ਨਹੀਂ। ਔਰ ਚੂੰਕਿ ਦਸਮ ਗ੍ਰੰਥ ਵਿੱਚ ਉਹ ਬਾਣੀਆਂ ਵੀ ਨੇ ਜੋ ਅੰਮ੍ਰਿਤ ਤਿਆਰ ਕਰਨ ਲੱਗਿਆਂ ਜਪੀਆਂ ਜਾਂਦੀਆਂ ਨੇ, ਪੜ੍ਹੀਆਂ ਜਾਂਦੀਆਂ ਨੇ, ਤੋ ਕਹਿੰਦੇ ਨਹੀਂ ਇੱਥੇ ਇੱਥੇ ਤੱਕ ਇਹ ਬਾਣੀ ਹੀ ਗੁਰੂ ਗੋਬਿੰਦ ਸਿੰਘ ਦੀ, ਬਾਕੀ ਅਸੀਂ ਨਹੀਂ ਮੰਨਦੇ, ਨਹੀਂ ਮੰਨਦੇ। ਇਹਨਾਂ ਦੇ ਸਾਹਮਣੇ ਜਦ ਮੈਂ ਕੁਛ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਰੱਖੀਆਂ ਨੇ, ਬਾਬਾ ਫਰੀਦ, ਅੱਜ ਨਾ ਸੁੱਤੀ ਕੰਤ ਸਿਉਂ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੋਹਾਗਣੇ ਤੁਮ ਕਿਉਂ ਰਹਿਣ ਰਿਹਾ, ਗਿਆਨ ਰਾਓ ਜਬ ਸੇਜੇ ਆਵੇ ਤੋ ਨਾਨਕ ਭੋਗ ਕਰੇ, ਹਜ਼ਾਰਾਂ ਪੰਕਤੀਆਂ। ਫਿਰ ਕੀ ਇਸ ਦੇ ਅਰਥ ਕਰੋਗੇ? ਠੀਕ ਹੈ ਆਤਮਾ ਪਰਮਾਤਮਾ ਦਾ ਮਿਲਣ, ਲੇਕਿਨ ਉਦਾਹਰਣ ਪ੍ਰਮਾਣ, ਠੀਕ ਹੈ ਪਰਮਾਤਮਾ ਦੇ ਰਸ ਲਈ ਪ੍ਰਮਾਣ ਛੋਟੇ ਹੋਣਗੇ, ਪੂਰਨ ਨਹੀਂ ਹੋਣਗੇ, ਕਿਉਂ? ਉਹ ਪੂਰਨ ਹੈ। ਸੰਸਾਰ ਦੀ ਕੋਈ ਗੱਲ ਕਰਨੀ ਹੈ ਤਾਂ ਪੂਰਨ ਪ੍ਰਮਾਣ ਮਿਲ ਸਕਦਾ ਹੈ, ਪ੍ਰਤੱਖ ਪ੍ਰਮਾਣ ਵੀ ਮਿਲ ਸਕਦਾ ਹੈ, ਪਰ ਉਦਾਹਰਣ ਤੇ ਦਿੱਤੇ ਨੇ ਸੰਸਾਰ ਦੇ। ਔਰ ਐਸੀਆਂ ਪੰਕਤੀਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਬੇਸ਼ੁਮਾਰ ਕਈ। ਇਸ ਸ਼ਬਦ ਵਿੱਚ ਰਵਿਦਾਸ ਵੀ ਖੁੱਲ੍ਹ ਕੇ ਬੋਲ ਰਹੇ ਨੇ, ਖੁੱਲ੍ਹ ਕੇ ਬੋਲ ਰਹੇ ਨੇ। ਸਮਾਂ ਤਾਂ ਹੁਣ ਮੇਰੇ ਕੋਲ ਸੀਮਤ ਹੈ, ਅਤੇ ਮੈਂ ਇੱਕ ਦਲੀਲ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ, ਜੇ ਕ੍ਰੋਧ 'ਤੇ ਬੋਲਿਆ ਜਾ ਸਕਦਾ ਹੈ ਕਿਤਨਾ ਦੁਸ਼ਟ ਬਣਾ ਦਿੰਦਾ ਹੈ ਮਨੁੱਖ ਨੂੰ, ਕਿਤਨਾ ਮੂੜ ਬਣਾ ਦਿੰਦਾ ਹੈ, ਜੇ ਲੋਭ 'ਤੇ ਬੋਲਿਆ ਜਾ ਸਕਦਾ ਹੈ ਕਿਤਨਾ ਬੇਈਮਾਨ ਬਣਾ ਦਿੰਦਾ ਹੈ, ਠੱਗ ਚੋਰ ਡਕੈਤ ਬਣਾ ਦਿੰਦਾ, ਜੇ ਹੰਕਾਰ 'ਤੇ ਬੋਲਿਆ ਜਾ ਸਕਦਾ ਹੈ ਕਿਤਨਾ ਕਾਤਲ ਕਸਾਈ ਬਣਾ ਦਿੰਦਾ ਹੈ ਮਨੁੱਖ, ਜੇ ਮੋਹ 'ਤੇ ਬੋਲਿਆ ਜਾ ਸਕਦਾ ਕਿਤਨਾ ਸਵਾਰਥੀ ਬਣਾ ਦਿੰਦਾ ਹੈ ਮਨੁੱਖ ਨੂੰ। ਇੱਕੋ ਹੀ ਵਿਸ਼ਾ ਕਾਮ, ਇਸ 'ਤੇ ਨਹੀਂ ਬੋਲਿਆ ਜਾ ਸਕਦਾ, ਨਾ ਲਿਖਿਆ ਜਾ ਸਕਦਾ, ਔਰ ਆਪ ਸੁਣ ਕੇ ਹੈਰਾਨ ਹੋਵੋਗੇ, ਇਹਨਾਂ ਪੰਜਾਂ ਵਿੱਚੋਂ ਮੂਲ ਕਾਮ ਹੈ, ਬਾਕੀ ਸਭ ਥੱਲੇ। ਜਦ ਵੀ ਗਿਣਤੀ ਆਉਂਦੀ ਹੈ ਪਹਿਲੇ ਸਰਦਾਰ ਇਹੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਤਾਂ ਸਰਦਾਰ ਹੈ, ਇਹ ਤਾਂ ਸਾਰਿਆਂ ਦਾ ਸਿਰਮੌਰ ਹੈ। ਬਾਕੀ ਦੇ ਜਿਹੜੇ ਔਗਣ ਨੇ ਮਨੁੱਖ, ਉਹਨਾਂ ਦੀ ਪੂਰਤੀ ਵੀ
ਕਾਮ ਦੀ ਪੂਰਤੀ ਲਈ ਕਰਦਾ। ਧਨ ਵਧ ਗਿਆ ਸੀ ਨਵਾਬ ਕੋਲ, ਨਿਜ਼ਾਮ ਹੈਦਰਾਬਾਦ ਦੇ, ਤਾਂ ਉਸਦੀਆਂ 600 ਬੇਗਮਾਂ ਸਨ। ਜੇ ਧਨ ਨਾ ਵਧਦਾ ਤੇ ਪ੍ਰਭਤਾ ਨਾ ਵਧਦੀ ਹੰਕਾਰ ਕਰਕੇ, ਤੇ 600 ਬੇਗਮਾਂ, ਕੋਈ ਮਹਾਰਾਜਾ 400 ਮਹਾਰਾਣੀਆਂ। ਔਰ ਦੁਰਾਚਾਰੀ ਕਿਸ ਨੂੰ ਕਹਿੰਦੇ ਨੇ, ਬਲਾਤਕਾਰੀ ਕਿਸ ਨੂੰ ਕਹਿੰਦੇ ਨੇ? ਇਸ ਵਕਤ ਮਰਾਕਸ਼ ਦੇ ਨਵਾਬ ਦੀਆਂ 1000 ਬੇਗਮਾਂ ਨੇ। ਇਸ ਵਕਤ ਦੁਰਾਚਾਰੀ ਕਿਸ ਨੂੰ ਕਹਿੰਦੇ ਨੇ, ਬਲਾਤਕਾਰੀ ਕਿਸ ਨੂੰ ਕਹਿੰਦੇ ਨੇ? ਔਰ ਕਿਸ ਨੂੰ ਬਲਾਤਕਾਰੀ ਆਖੋਗੇ? ਧਨ ਵੀ ਇਸ ਵਾਸਤੇ ਵਧਾਇਆ, ਪ੍ਰਭਤਾ ਵੀ ਮਰਾਕਸ਼ ਦੇ ਨਵਾਬ ਨੇ ਇਸ ਵਾਸਤੇ ਵਧਾਈ, ਮੈਂ 1000 ਬੇਗਮਾਂ ਰੱਖ ਸਕਾਂ। ਹੈਰਾਨਗੀ ਦੀ ਗੱਲ, ਇਸ ਸ਼ਬਦ ਵਿੱਚ ਖੁਲਾਸਾ ਇਹੀ ਹੈ। ਸੀਮਤ ਦਾਇਰੇ 'ਚ ਮੈਂ ਤੁਹਾਡੇ ਸਾਹਮਣੇ ਇਹ ਵਿਚਾਰਾਂ ਰੱਖਾਂਗਾ। ਮਨੁੱਖ ਦੇ ਅੰਦਰ ਕਾਮਨਾ ਗਰਦਿਸ਼ ਕਰਦੀ ਹੈ, ਕਾਮਨਾ ਦਾ ਚੱਕਰ ਹੀ ਜਨਮ ਮਰਨ ਦਾ ਚੱਕਰ ਬਣਦਾ, ਕਾਮਨਾ ਦਾ ਚੱਕਰ ਹੀ ਸੰਸਾਰ ਦਾ ਚੱਕਰ ਬਣਦਾ। ਜਿਵੇਂ ਖੰਡਾ ਸਾਡਾ ਧਾਰਮਿਕ ਚਿੰਨ੍ਹ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ, ਪ੍ਰਥਮੇ ਖੰਡਾ ਸਾਜ ਕੇ ਜਿਨ ਸਭ ਸੰਸਾਰ ਉਪਾਇਆ। ਪਹਿਲੇ ਪ੍ਰਭੂ ਨੇ ਸ਼ਕਤੀ ਬਣਾਈ, ਉਹ ਜੋ ਸਿੱਧਾ ਖੰਡ ਹੈ ਸ਼ਕਤੀ ਦਾ ਪ੍ਰਤੀਕ ਹੈ, ਸ਼ਕਤੀ ਤੋਂ ਸੰਸਾਰ ਬਣਿਆ। ਫਿਰ ਸੰਸਾਰ ਦਾ ਜਿਹੜਾ ਰੂਪ ਦਿਖਾਇਆ ਗੋਲਾਕਾਰ ਖੰਡੇ ਨਾਲ ਧਰਤੀ ਬ੍ਰਹਿਮੰਡ, ਇਹ ਗੋਲਾਕਾਰ ਬ੍ਰਹਿਮੰਡ ਸ਼ਕਤੀ ਤੋਂ ਪੈਦਾ ਹੋਇਆ। ਫਿਰ ਦੋਵੇਂ ਪਾਸੇ ਕਿਰਪਾਨਾ, ਸ਼ਕਤੀ ਨੇ ਹੀ ਸੰਭਾਲਿਆ ਹੋਇਆ ਇਸ ਨੂੰ ਨਿਰਗੁਣ ਰੂਪ ਦੇ ਤੇ ਸਰਗੁਣ ਰੂਪ ਦੇ। ਐਂ ਦੋ ਖੰਡੇ ਦੀ ਇਹ ਵਿਆਖਿਆ, ਸਰਗੁਣ ਤੇ ਨਿਰਗੁਣ ਰੂਪ ਦੇ ਚ ਉਸਨੇ ਬ੍ਰਹਿਮੰਡ ਨੂੰ ਸੰਭਾਲਿਆ ਹੋਇਆ। ਸਾਰੀ ਉਤਪਤੀ ਖੰਡੇ ਤੋਂ ਹੋਈ, ਸ਼ਕਤੀ ਤੋਂ ਹੋਈ, ਤੋ ਜੋ ਉਤਪਤੀ ਹੋਈ ਉਹ ਸਾਰੇ ਦਾ ਸਾਰਾ ਸਭ ਕੁਝ ਗੋਲਾਕਾਰ ਹੈ। ਤੋ ਗੋਲਾ ਬ੍ਰਹਿਮੰਡ ਦਾ ਰੂਪ ਪੇਸ਼ ਕੀਤਾ। ਇਸ ਤਰ੍ਹਾਂ ਮਹਾਤਮਾ ਬੁੱਧ ਬੋਧੀਆਂ ਦਾ ਜਿਹੜਾ ਧਾਰਮਿਕ ਚਿੰਨ੍ਹ ਹੈ ਚੱਕਰ ਹੈ, ਸੰਸਾਰ ਚੱਕਰ ਹੈ। ਮਨੁੱਖ ਇਸ ਦੇ ਚ ਗਰਦਿਸ਼ ਕਰਦਾ ਰਹਿੰਦਾ, ਘੁੰਮਦਾ ਹੀ ਰਹਿੰਦਾ, ਘੁੰਮਦਾ ਹੀ ਰਹਿੰਦਾ। ਆਉਣੇ ਜਾਵਣੇ ਇਸ ਦੇ ਮੁੱਕਦੇ ਹੀ ਨੇ। ਗੋਲਾਕਾਰ ਕਾਮਨਾ ਮਨੁੱਖ ਨੂੰ ਘੁਮਾਈ ਫਿਰਦੀ ਹੈ। ਹੁਣ ਧਿਆਨ ਨਾਲ ਸੁਣਨਾ, ਧਨ ਦੀ ਕਾਮਨਾ, ਧਨ ਮਿਲ ਗਿਆ ਕਾਮਨਾ ਰੁਕਦੀ ਨਹੀਂ, ਵਿਸ਼ਰਾਮ ਨਹੀਂ ਕਰਦੀ। ਪ੍ਰਭਤਾ ਦੀ ਕਾਮਨਾ ਘੁੰਮਦੇ ਆਇਆ ਉਹ ਵੀ ਮਿਲ ਗਈ, ਕਾਮਨਾ ਇੱਥੇ ਵੀ ਵਿਸ਼ਰਾਮ ਨਹੀਂ ਕਰਦੀ, ਚੱਲ ਪੈਂਦੀ ਹੈ। ਫਿਰ ਪੁਰਸ਼ ਦੇ ਅੰਦਰ ਇਸਤਰੀ ਦੀ ਕਾਮਨਾ, ਇਸਤਰੀ ਦੇ ਅੰਦਰ ਪੁਰਸ਼ ਦੀ ਕਾਮਨਾ, ਇੱਥੇ ਕਾਮਨਾ ਥੋੜ੍ਹਾ ਜਿਹਾ ਵਿਸ਼ਰਾਮ ਕਰਦੀ ਹੈ। ਇਸ ਵਾਸਤੇ ਭਾਰਤ ਦੇ ਤਮਾਮ ਰਿਸ਼ੀਆਂ ਨੇ ਇਸਤਰੀ ਨੂੰ ਕਾਮਣੀ ਕਹਿ ਦਿੱਤਾ, ਪੁਰਸ਼ ਨੂੰ ਕਾਮਦੇਵ ਕਹਿ ਦਿੱਤਾ, ਥੋੜ੍ਹਾ ਜਿਹਾ ਵਿਸ਼ਰਾਮ ਕਰਦੀ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਕਹੋ ਕਹਾ ਆਪਣੇ ਅਧਮ ਆਈ, ਉਰਝਿਓ ਕਨਕ ਕਾਮਨੇ ਕੇ ਰਸ, ਨੈ ਕੀ ਰਤ ਪ੍ਰਭਗਾ। ਇਹਨੇ ਪ੍ਰਭੂ ਦੀ ਕੀਰਤੀ ਨਹੀਂ ਗਾਈ, ਕਾਰਨ ਰੋਕ ਲਿਆ ਕਿਧਰੇ ਕਨਕ ਨੇ ਕਿਧਰੇ ਕਾਮਨੀ ਨੇ।
ਇਸਤਰੀ ਨੂੰ ਕਾਮਨਾ ਦੀ ਮਣੀ ਆਖ ਦਿੱਤਾ। ਪੁਰਸ਼ ਇੱਥੇ ਵਿਸ਼ਰਾਮ ਕਰਦਾ, ਉਹਦੀ ਕਾਮਨਾ ਕੁਝ ਦੇਰ ਲਈ ਇੱਥੇ ਰੁਕਦੀ ਹੈ, ਨਾ ਪ੍ਰਭਤਾ ਤੇ ਰੁਕਦੀ ਹੈ, ਨਾ ਧਨ ਤੇ ਰੁਕਦੀ ਹੈ, ਹੋਰ ਅੱਗੇ ਹੋਰ ਅੱਗੇ ਹੋਰ ਅੱਗੇ ਥੋੜਾ ਜਿਹਾ ਇੱਥੇ ਰੁਕਦੀ। ਇਸਤਰੀ ਦੀ ਵੀ ਇਹ ਕਾਮਨਾ ਨਾ ਧਨ ਤੇ ਰੁਕਦੀ ਹੈ, ਨਾ ਪ੍ਰਭਤਾ ਤੇ ਰੁਕਦੀ ਹੈ, ਰੁਕਦੀ ਹੈ ਥੋੜਾ ਜਿਹਾ ਪੁਰਸ਼ ਤੇ। ਤੋ ਪੁਰਸ਼ ਉਸ ਲਈ ਕਾਮਦੇਵ ਬਣ ਜਾਂਦਾ, ਇਸਤਰੀ ਪੁਰਸ਼ ਲਈ ਕਾਮਣੀ ਬਣ ਜਾਂਦੀ। ਛਲਕ ਕਨਕ ਕਾਮਨੇ, ਛਲੇ ਕਨਕ ਕਾਮਨੇ, ਸੰਸਕ੍ਰਿਤੀ ਸਲੋਕ ਗੁਰੂ ਅਰਜਨ ਦੇਵ ਜੀ, ਬੜਾ ਜ਼ਿਕਰ ਹੈ ਇਸ ਦੇ ਵਿੱਚ। ਕਹੋ ਕਹਾ ਆਪਣੇ ਅਦਮਾਈ,